ਸਤਿ ਸ਼੍ਰੀ ਅਕਾਲ ਜੀ ਪੰਜਾਬ ਬੋਲਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ ਦੋਸਤੋ ਲਗਾਤਾਰ ਪੰਜਾਬ ਦੀਆਂ ਜੇਲਾਂ ਦੇ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਨਾਲ ਦੀ ਨਾਲ ਜੇਲਾਂ ਦੇ ਵਿੱਚ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਬਣੀ ਹੋਈ ਹੈ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਲਗਾਤਾਰ ਜੇਲ੍ਹ ਦੇ ਵਿੱਚ ਕਤਲ ਹੁੰਦੇ ਨੇ ਜੇਲ੍ਹ ਦੇ ਵਿੱਚ ਕੈਦੀਆਂ ਤੇ ਮੁਲਾਜ਼ਮਾਂ ਦੇ ਵਿੱਚ ਆਪਸ ਦੇ ਵਿੱਚ ਹੱਥੋ ਪਾਈ ਹੁੰਦੀ ਹੈ ਕੈਦੀਆਂ ਦੀ ਮੌਤ ਹੁੰਦੀ ਹੈ ਮੁਲਾਜ਼ਮ ਫਟੜ ਹੋ ਜਾਂਦੇ ਨੇ ਜੇਲ੍ਹਾਂ ਦੇ ਵਿੱਚੋਂ ਕੈਦੀ ਜਿਹੜੇ ਆ ਉਹ ਸੋਸ਼ਲ ਮੀਡੀਆ ਸਾਈਟਾਂ ਦੇ ਉੱਤੇ ਵੀ ਲਾਈਵ ਹੋ ਜਾਂਦੇ ਨੇ ਸੋਸ਼ਲ ਨੈਟਵਰਕਿੰਗ ਸਾਈਟ ਦਾ ਜੇਲ੍ਹਾਂ ਦੇ ਵਿੱਚ ਬੈਠ ਕੇ ਕੈਦੀ ਲੁੱਟ ਫਟਾਉਂਦੇ ਰਹਿੰਦੇ ਨੇ ਤੇ ਬਾਵਜੂਦ ਇਸ ਦੇ ਪੰਜਾਬ ਦੀਆਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੜਦੀਆਂ ਸਾਫ਼ ਦਿਖਾਈ ਦਿੱਤੀਆਂ ਜਾਂਦੀਆਂ ਨੇ ਤੇ ਤਾਜ਼ਾ ਮਾਮਲਾ ਨਾਭਾ ਦੇ ਵਿੱਚ ਵਾਪਰਦਾ ਹੈ ਲੁਧਿਆਣਾ ਦੇ ਵਿੱਚ ਵਾਪਰਦਾ ਹੈ ਅੰਮ੍ਰਿਤਸਰ ਦੇ ਵਿੱਚ ਵਾਪਰਦਾ ਹੈ ਦੇਲ ਜੇਲ੍ਹ ਦੇ ਵਿੱਚ ਲਗਾਤਾਰ ਕਤਲ ਹੁੰਦੇ ਨੇ ਜੇਲ੍ਹ ਦੇ ਵਿੱਚ ਲਗਾਤਾਰ ਨਸ਼ਾ ਤਸਕਰਾਂ ਦੀ ਖਬਰ ਸਾਹਮਣੇ ਆਉਂਦੀ ਹੈ ਨਸ਼ਾ ਵੇਚਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਇਹਨਾਂ ਖਬਰਾਂ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਦਾਅਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਹਤਰ ਹੈ ਪੰਜਾਬ ਦੇ ਜੇਲ੍ਹ ਮੰਤਰੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਹੈ ਜੇਲ੍ਹ ਵਿਵਸਥਾ ਉਹ ਕਾਇਦੇ ਦੇ ਨਾਲ ਚੱਲਦੀ ਹੈ ਪਰ ਇਹਨਾਂ ਸਵਾਲਾਂ ਦੇ ਵਿਚਕਾਰ ਲੋਕਾਂ ਦੇ ਵੱਲੋਂ ਸਵਾਲ ਉਠਾਏ ਜਾਂਦੇ ਨੇ ਜੇਲ੍ਹ ਦੇ ਵਿੱਚ ਕੈਦੀਆਂ ਦੇ ਵੱਲੋਂ ਵੀ ਸਵਾਲ ਉਠਾਏ ਜਾਂਦੇ ਨੇ ਤੇ ਅੱਜ ਇਹਨਾਂ ਮਾਮਲਿਆਂ ਨੂੰ ਲੈ ਕੇ ਪੰਜਾਬ ਦੀ ਜਨਤਾ ਦੇ ਵਿੱਚ ਉਤਰਿਆ ਪੰਜਾਬ ਦੇ ਲੋਕਾਂ ਦੇ ਕੋਲ ਚੱਲੇ ਆ ਤੇ ਜਾਣਦੇ ਆ ਕਿ ਇਸ ਮਸਲੇ ਪ੍ਰਤੀ ਪੰਜਾਬ ਦੇ ਲੋਕ ਕੀ ਸੋਚਦੇ ਨੇ ਤੋਂ ਚੱਲਦੇ ਆ ਪੰਜਾਬ ਦੇ ਲੋਕਾਂ ਦੇ ਕੋਲ ਜਾਣਦੇ ਆ ਉਹ ਇਸ ਮਸਲੇ ਪ੍ਰਤੀ ਕੀ ਸੋਚਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਾਉਂਦੇ ਆਂ ਜੇਲ੍ਹ ਦੇ ਵਿੱਚ ਜਿਹੜੇ ਕੈਦੀਆਂ ਦੇ ਰਿਸ਼ਤੇਦਾਰ ਆਪਣੇ ਪਰ ਜਿਹੜੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਪਹੁੰਚੇ ਹੋਏ ਨੇ ਜੇਲ੍ਹ ਦੇ ਵਿੱਚ ਤੇ ਜਾਣਦੇ ਆਂ ਕਿ ਸੁਰੱਖਿਆ ਦੇ ਪੱਖੋਂ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਸੰਤੋਸ਼ ਕੁਮਾਰ ਅੱਛਾ ਤੁਸੀਂ ਜੇਲ੍ਹ ਦੇ ਵਿੱਚ ਕਿਸੇ ਨੂੰ ਮਿਲਣਾ ਆਏ ਹੈਗੇ ਹਾਂਜੀ ਕਿਹਨੂੰ ਮਿਲਣਾ ਆਏ ਆਪਣੇ ਮੁੰਡੇ ਨੂੰ ਅੱਛਾ ਮਿਲਣਾ ਹੈ ਕਿ ਇਹੋ ਜਿਹਾ ਮਿਲਣਾ ਹੈਗਾ ਮਿਲਣਾ ਹਾਂਜੀ ਇਹੋ ਜਿਹਾ ਕਿੰਨਾਕ ਟਾਈਮ ਹੋ ਗਿਆ ਮਿਲਣ ਨੂੰ ਅੱਜ ਅਜੇ ਤਾਂ 1:00 ਵਜੇ ਦੇ ਆਏ ਆ। ਅੱਛਾ ਜੇ ਸੁਰੱਖਿਆ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਤੁਹਾਡਾ ਜਿਹੜਾ ਰਿਸ਼ਤੇਦਾਰ ਜੇਲ੍ਹ ਦੇ ਵਿੱਚ ਬੰਦ ਹੈਗਾ ਹੈ ਸੁਰੱਖਿਆ ਦੇ ਪੱਖੋਂ ਪੁਖਤਾ ਪ੍ਰਬੰਧ ਹੈਗੇ ਆ ਜੇਲ੍ਹ ਦੇ ਵਿੱਚ ਕਿ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਜਾਂ ਖਾਣੇ ਪਾਣੀ ਨੂੰ ਲੈ ਕੇ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਵੀ ਕੈਦੀ ਤੁਹਾਡਾ ਰਿਸ਼ਤੇਦਾਰ ਅੰਦਰ ਹੈਗਾ ਸਰ ਇਹ ਤਾਂ ਜੇ ਪਤਾ ਨਹੀਂ ਹੁਣ ਪੁੱਛੂਗੇ ਜਾ ਕੇ ਉਹਨੂੰ ਜਾ ਕੇ ਪੁੱਛੂਗੇ ਨਾ ਸਾਰੀ ਗੱਲਾਂ ਜੇ ਪਤਾ ਨਹੀਂ ਅਜੇ ਸਤੋਂ ਪਹਿਲਾਂ ਮਿਲ ਮਿਲਣ ਆਏ ਹੈਗੇ ਸੀਗੇ ਹਾਂ ਉਦੋਂ ਕੀ ਗੱਲਬਾਤ ਹੋਈ ਸੀਗੀ ਕੀ ਕਹਦੇ ਸੀਗੇ ਉਹ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਜੇਲ੍ਹ ਦੇ ਵਿੱਚ ਬੋਲੇ ਠੀਕ ਹੈ ਭਈ ਜੀ ਹਾਂ ਇਹੀ ਬੋਲੇ ਤਾਂ ਹੋਰ ਕੁਝ ਨਹੀਂ ਬੋਲੇ ਜੀ ਇਹ ਬੋ ਦੱਸਾਂ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਕੁਲਦੀਪ ਕੁਮਾਰ ਜੀ ਅੱਛਾ ਕੁਲਦੀਪ ਤੁਸੀਂ ਵੀ ਰਿਸ਼ਤੇਦਾਰ ਨੂੰ ਮਿਲਣਾ ਹੈ ਹੈਗੇ ਹਾਂਜੀ ਹਾਂ ਅੱਛਾ ਹਾਲਾਤ ਕਿ ਕਿਸ ਤਰ੍ਹਾਂ ਦੇ ਹੈਗੇ ਆ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਖਾਣੇ ਪਾਣੀ ਨੂੰ ਲੈ ਕੇ ਰਹਿਣ ਸਹਣ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਤੁਹਾਨੂੰ ਲੱਗਦੇ ਆ ਠੀਕ ਹੈ ਕਿ ਇਹ ਤੋਂ ਬਿਹਤਰ ਹੋਣੀ ਚਾਹੀਦੀ ਹੈ ਵਧੀਆ ਹੋਣੀ ਚਾਹੀਦੀ ਨੇ ਸਰ ਮੈਂ ਇਹ ਹੀ ਕਹਿੰਦਾ ਹਾਂ ਵੀ ਜੈਸੇ ਵੀ ਕੈਦੀ ਹੋ ਛੋਟੇ ਬੱਚੇ ਵੀ ਹੁੰਦੇ ਵਿਚਵੇਂ ਥੋੜਾ ਨੰਦਾਨ ਵੀ ਹੁੰਦੇ ਸਭੀ ਕੋ ਬਿਵਸਥਾ ਅੱਛੀ ਹੋਣੀ ਚਾਹੀਦੀ ਹੈ ਜੇਲ੍ਹ ਵਿੱਚ ਹੈਗੀ ਹੈ ਜੇਲ੍ਹ ਦੇ ਵਿੱਚ ਬਿਵਸਥਾ ਬਹੁਤ ਅੱਛੀ ਹੈ अच्छी है सुनने में आया था सीएम भी फर्स्ट टाइम में आए यहां पे और व्यवस्था अच्छी होनी चाहिए बीच में छोटे न, बच्चे भी ऐसे चले जाते हैं उनको पता नहीं होता है ना ना घर का ना बाहर का ऐसे जी, बहुत बहुत कि नहीं बहुत-बहुत धन्यवाद कुछ और लोगों के नाल भी ਗੱਲਬਾਤ ਕਰਦੇ ਆ ਪੁੱਛਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਹਨਾ ਮਾ ਜੀ ਆਸ਼ਾ ਦੇਵੀ اچھا ਆਸ਼ਾ ਦੇਵੀ ਜੀ ਤੁਸੀਂ ਜੇਲ੍ਹ ਦੇ ਵਿੱਚ ਪਰ ਆਪਣੇ ਇੱਕ ਜਿਹੜਾ ਤੁਹਾਡਾ ਰਿਸ਼ਤੇਦਾਰ ਹੈਗਾ ਇਹ ਬੰਦਾ ਹੈ ਇਹ ਬੰਦੀ ਹੈਗਾ ਹੈ ਉਸ ਨੂੰ ਮਿਲਣਾਉਂਦੇ ਹੋ ਕਿਨੇ ਸਾਲ ਤੋਂ ਆਉਂਦੇ ਹੈਗੇ ਹਮ 2 साल ਹੋ ਗਏ ਲੜਕੀ ਕੁੜੀ ਮੇਰੀ ਇਹ ਪੇਟ ਵਿੱਚ ਹਤੀ ਜਦ ਬੰਦ ਭਇਆ ਥਾ अच्छा जेब कर मैं सुरक्षा ਦੇ ਪੱਖੋਂ ਸੁਰੱਖਿਆ ਵਿਵਸਥਾ ਦੇ ਨਾਲ ਜੋੜ ਕੇ ਦੇਖਾਂ ਜਾਂ ਜੇਲ੍ਹ ਦੇ ਵਿੱਚ ਰਹਿਣ ਸੈਂਡ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਕਿਸ ਤਰ੍ਹਾਂ ਅੰਦਰ ਕੈਦੀ ਨੂੰ ਰੱਖਿਆ ਜਾਂਦਾ ਕੈਦੀ ਨੂੰ ਬਸ ਇਹ ਹੀ ਸਰਜੀ ਹੈ ਕਿ ਕੈਦੀ तो مصیبت میں پھنسے ہیں ایک ایک 베ਰਿੰਗ میں 10 12 12 ਬੰਦੇ ہیں उनको ਪਰਨੇ ਬੈਠਨੇ ਕੋ ਇਸ ਦੀ مصیبت بھی ہوتی ਹੈ ਗਰਮੀ ਵੀ ਇਤਨੀ ਹੁੰਦੀ ਹੈ ਕੀ ਕਰੇ ਵਿਚਾਰੇ ਆਪਣਾ ਟਾਈਮ ਤੋਂ उनको ਕੈਦੀ ਨੂੰ ਕੈਦੀ ਘਟ ਨਹੀਂ ਪਰੇਗਾ ਜੈਸੇ ਮਰਜ਼ੀ ਹੋ ਸਕੇ ਸੁਰੱਖਿਆ ਹੈਗੀ ਹੈ ਜੇਲ੍ਹ ਦੇ ਵਿੱਚ ਉਹ ਦੱਸ ਰਹੇ ਹੋਣਗੇ ਕਿਉਂਕਿ 22 ਸਾਲ ਹੋ ਗਏ ਆ ਸੁਰੱਖਿਆ ਪੱਖੋਂ ਠੀਕ ਹੈ ਕਿ ਜਿਸ ਤਰ੍ਹਾਂ ਕੁੱਟ ਮਾਰਦੀਆਂ ਘਟਨਾਵਾਂ ਆਉਂਦੀਆਂ ਜਾਂ ਕਿਸ ਤਰ੍ਹਾਂ ਦੀ ਸਾਹਿਬ ਉਹ ਹੋਤੀ ਹੈ ਜਬ ਅੰਦਰ ਲੜਾਈ ਹੋਰ ਮਾਰपीट ਕਰਨੇ ਲੱਗਤੇ ਹਨ ਬੰਦੇ ਫਿਰ ਲੜਾਈ আচ্ছা ਜੇਲ੍ਹ ਦੇ ਵਿੱਚ ਮਾਰपीट ਵੀ ਹੁੰਦੀ ਹੈਗੀ ਕੌਣ ਕਰਦਾ ਹੈ ਬੰਦੇ-ਬੰਦੇ ਕਰ ਦਿੱਤੇ ਸਰ ਜਿਹੜੇ ਕੈਦੀ ਹੁੰਦੇ ਨੇ ਉਹ ਆਪਸ ਵਿੱਚ ਲੜ ਪੈਂਦੇ ਹਾਂ ਹਾਂ ਜੀ ਹਾਂ ਜੀ ਫਿਰ ਮੁਲਾਜ਼ਮ ਰੋਕਦੇ ਨਹੀਂ ਉਹ ਦੱਸਦੇ ਨਹੀਂ ਕਿ ਮੁਲਾਜ਼ਮ ਰੋਕਦੇ ਕਲ ਬੰਦ ਕਰ ਦਿੱਤੇ ਸਰ ਜੀ ਫਿਰ ਥੋੜੋ ਵੇਗ ਮੈਂ ਜਾਣੇ ਦਿੱਤੇ ਫਿਰ ਮਹੀਨਾ 2 ਮਹੀਨਾ 15 ਦਿਨ ਅਗਲ-ਗਲ ਬੰਦ ਰਹਿੰਦੇ ਅੱਛਾ ਖਾਣੇ ਪੀਣੇ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਰੋਟੀ ਪਾਣੀ ਦਾ ਜੇਲ੍ਹ ਦੇ ਵਿੱਚ ਹੈਗੇ ਪ੍ਰਬੰਧ ਬਕਾ ਹਾਂ ਖਾਣੇ ਪੀਣੇ ਕੋ ਤਾਂ ਅੱਛਾ ਕੰਟਰੀਨ ਵੀ ਹੈ ਸਭ ਕੁਝ ਵੀ ਹੈ ਅੰਦਰ ਪੈਸੇ ਲੈਂਦੇ ਹੋ ਤਾਂ ਹਾਂ ਹਮ ਲੋਗ ਪੈਸੇ ਵੀ ਜਮਾ ਕਰਤੇ ਹਨ ਜਿਤਨੇ 100 200 400 ਕੈਦੀ ਕੇ ਲਈ ਜਮਾ ਕਰਨੇ ਪੜਤੇ ਹਨ ਤਾਂ ਹਮ ਲੋਗ ਸਾਰੇ ਪੈਸੇ ਜਮਾ ਕਰਦੇ ਨੇ ਆਪਣੇ ਆਪਣੇ ਖਰਚ ਕੇ ਲਈ ਦੀ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਕੈਦੀ ਜੇਲ੍ਹ ਦੇ ਵਿੱਚ ਬੰਦ ਨੇ ਉਹ ਲਗਾਤਾਰ ਕਈ ਸਾਲਾਂ ਤੋਂ ਕਈ ਕੈਦੀ ਇੱਥੇ ਜਿਹੜੇ ਬੰਦ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਜਿਹੜੇ ਇੱਥੇ ਪੁੱਜੇ ਹੋਏ ਨੇ ਹਾਲਾਂਕਿ ਕੁਝ ਨੇ ਕਿਹਾ ਕਿ ਬੈਰਕ ਦੇ ਵਿੱਚ ਕਈ ਕਈ ਕੈਦੀ ਹੁੰਦੇ ਨੇ ਕਈ ਕੈਦੀ ਆਪਸ ਵਿੱਚ ਭੇੜ ਵੀ ਪੈਂਦੇ ਨੇ ਪਰ ਕੁਝ ਨੇ ਸੁਰੱਖਿਆ ਵਿਵਸਥਾ ਦੇ ਉੱਤੇ ਵੀ ਸਵਾਲ ਚੁੱਕੇ ਤੇ ਕਈਆਂ ਨੇ ਕਿਹਾ ਕਿ ਸੁਰੱਖਿਆ ਵਿਵਸਥਾ ਦੇ ਪੱਖੋਂ ਜੇਲਾ ਠੀਕ ਨਹੀਂ ਤੇ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਲਦਿਆਂ ਹੁਣ ਲੋਕਾਂ ਦੇ ਕੋਲ ਤੇ ਜਾਣਦੇ ਹ ਲੋਕ ਕੀ ਸੋਚਦੇ ਨੇ ਸੋ ਉਹ ਚਲਦੇ ਆ ਲੋਕਾਂ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਜੀਤ ਸਿੰਘ ਅੱਛਾ ਅਜੀਤ ਜੀ ਲਗਾਤਾਰ ਪੰਜਾਬ ਦੀਆਂ ਜੇਲਾਂ ਦੇ ਉੱਤੇ ਸਵਾਲ ਉੱਠ ਰਹੇ ਨੇ ਕਿਤੇ ਜੇਲਾਂ ਦੇ ਵਿੱਚੋਂ ਨਸ਼ੇ ਮਿਲਦੇ ਨੇ ਕਿਤੇ ਜੇਲਾਂ ਦੇ ਵਿੱਚੋਂ ਹਥਿਆਰ ਮਿਲਦੇ ਨੇ ਤਾਂ ਕਿਤੇ ਨਾ ਕਿਤੇ ਜੇਲਾਂ ਦੇ ਵਿੱਚੋਂ ਕੁੱਟ ਮਾਰਦੀਆਂ ਘਟਨਾਵਾਂ ਆਉਂਦੀਆਂ ਨੇ ਕਿਤੇ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਹੈ ਕਿਸੇ ਜੇਲ੍ਹ ਦੇ ਵਿੱਚ ਮੁਲਾਜ਼ਮ ਤੇ ਕੈਦੀ ਆਪਸ ਦੇ ਵਿੱਚ ਪਿੱੜ ਜਾਂਦੇ ਨੇ ਜੇਲਾਂ ਦੇ ਵਿੱਚ ਕਿੰਨੀ ਕੁ ਸੁਰੱਖਿਆ ਹੈ ਜੇਲਾਂ ਦਾ ਰਵੇ ਸੁਰੱਖਿਅਤ ਫਿਲਹਾਲ ਕੋਈ ਨਹੀਂ ਹੈ ਇਸ ਵੇਲੇ ਜੇਲਾਂ ਜੋ ਉਹ ਹੀ ਆਦਮੀ ਸੁਰੱਖਿਅਤ ਹੈ ਜਾਂ ਤੇ ਉਹ ਪ੍ਰਸ਼ਾਸਨ ਦਾ ਆਦਮੀ ਹੋਏਗਾ ਜਾਂ ਸਰਕਾਰ ਦਾ ਆਦਮੀ ਹੋਏਗਾ ਦੂਸਰਾ ਆਦਮੀ ਕੋਈ ਸੁਰੱਖਿਤ ਨਹੀਂ ਹੈ ਫਿਰ ਜੇਲਾਂ ਦੇ ਅੰਦਰੋਂ ਉਹ ਸਾਰੇ ਵਿਅਕਤੀ ਜਿਨ੍ਹਾਂ ਲੋਕ ਨੇ ਜਿਹੜੇ ਜੇਲ ਕੱਟ ਰਹੇ ਨੇ ਉਹਨਾਂ ਨੂੰ ਕਾਨੂੰਨ ਦੇ ਥਰੂ ਵੀ ਛੜਾ ਲਿਆ ਜਾਂਦਾ ਹੈ ਜੀ ਜਿੱਦਾਂ ਉਹਨ ਸਾਡੇ ਇੱਕ ਉਹ ਹਰਵਾਰਾ ਹੈਗਾ ਜਿਹੜੇ ਹਰਵਾਰੇ ਜਿਹੜੇ ਨੇ ਜੇਲ 'ਚ ਨਹੀਂ ਉਹਨਾਂ ਦੇ ਨਾਲ ਦੇ ਜਿਹੜੇ ਸਜ਼ਾ ਕੱਟ ਰਹੇ ਸੀ ਪੁਲਿਸ ਵਾਲੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਕਿਉਂ ਨਹੀਂ ਕਰ ਦਿੰਦੇ ਇਹਨਾਂ ਨੇ ਕੀ ਕਸੂਰ ਹੈ ਸਿਰਫ ਇੱਕੋ ਹੀ ਕਸੂਰ ਹੈ ਕਿ ਇਹ ਜਾਂ ਤੇ ਗਵਰਨਮੈਂਟ ਤੋਂ ਖਿਲਾਫਤ ਕਰ ਦੇਣੇ ਜਾਂ ਸਿੱਖ ਹੋਂਦ ਦੇ ਨਾਤੇ ਆਲਪ ਸੰਖਿਆ ਜਾਂ ਮਾਈਨੋਰਟੀ ਦੇ ਹੋਂਦ ਦੇ ਨਾਤੇ ਇਹਨਾਂ ਨੂੰ ਅੰਦਰ ਰੱਖਿਆ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਕਿਤਾ ਨ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਮੁਲਾਜ਼ਮਾਂ ਤੇ ਕੈਦੀਆਂ ਦੀ ਆਪਸੀ ਜਿਹੜੀ ਮਿਲੀ ਭੁਗਤ ਹੈ ਉਹਦੇ ਨਾਲ ਇਸ ਤਰ੍ਹਾਂ ਦੇ ਕਾਂਡ ਵਾਪਰ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮਨਜੀਤ ਸਿੰਘ ਜੀ ਅੱਛਾ ਮਨਜੀਤ ਜੀ ਤੁਹਾਨੂੰ ਕੀ ਲੱਗਦਾ ਕਿ ਜੇ ਜੇਲ੍ਹਾਂ ਦੇ ਵਿੱਚ ਕੈਦੀ ਨਹੀਂ ਸੁਰੱਖਿਤ ਜੇਲ੍ਹਾਂ ਦੇ ਵਿੱਚ ਪੁਲਿਸ ਮੁਲਾਜ਼ਮ ਹੀ ਸੁਰੱਖਿਤ ਨਹੀਂ ਜੇਲ੍ਹਾਂ ਦੇ ਵਿੱਚ ਕਾਨੂੰਨ ਵਿਵਸਥਾ ਜੇਕਰ ਉਸ ਤਰੀਕੇ ਦੇ ਨਹੀਂ ਨਾਲ ਦੇ ਨਹੀਂ ਬਣਾਈ ਜਾ ਰਹੀ ਤਾਂ ਬਾਹਰ ਦੀ ਸੁਰੱਖਿਆ ਪੰਜਾਬ ਦੀ ਸੁਰੱਖਿਆ ਕਿਸ ਤਰ੍ਹਾਂ ਖੋਸ ਹੋ ਸਕਦੀ ਹੈ ਇਹ ਪੰਜਾਬ ਦੀ ਕਿਹਾ ਪੂਰੇ 올 ਓਵਰ ਇੰਡੀਆ ਦੀ ਜਿਹੜੀ ਹੈ ਉਹ ਵੀ ਨਹੀਂ ਠੀਕ ਹੋ ਸਕਦੀ ਜਦ ਤੱਕ ਇੱਥੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਠੀਕ ਨਹੀਂ ਹੈ ਪਰ ਕੈਪਟਨ ਸਾਹਿਬ ਤਾਂ ਕਹਿ ਰਹੇ ਹਨ ਕਿ ਵੀ ਕਾਨੂੰਨ ਵਿਵਸਥਾ ਪਹਿਲਾਂ ਦੇ ਨਾਲੋਂ ਬਹੁਤ ਬਿਹਤਰ ਬਣਾਈ ਹੈ ਗਲਤ ਕਹਿ ਰਹੇ ਆ ਨਹੀਂ ਬਣਾਈ ਹੈ ਜਿਹੜਾ ਬੰਦਾ ਇੱਕ ਕ੍ਰਾਈਮ ਕਰਦਾ ਉਸ ਨੂੰ ਉਸ ਦੀ ਸਜ਼ਾ ਉਸੇ ਤਰੀਕੇ ਨਾਲ ਮਿਲਣੀ ਚਾਹੀਦੀ ਹੈ ਇਹ ਨਹੀਂ ਹੈ ਵੀ ਕਮੇਟੀਆਂ ਬਣਾ ਦਿੱਤੀਆਂ ਜੀ ਉਹ ਕਮੇਟੀ ਰਿਵਿਊ ਹੋਏਗੀ ਕਮੇਟੀ ਸਜ਼ਾ ਸੁਣਾਏਗੀ ਉਹਨੇ ਦੇਰ ਦੇ ਵਿੱਚ ਉਹ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈਗਾ ਜਾਂ ਦੂਜਾ ਹੈਗਾ ਉਹ ਮਰ ਮਾਰਾ ਕੇ ਖਤਮ ਹੋ ਜਾਂਦਾ ਜੀ ਔਰ ਦੂਸਰਾ ਜੁਡੀਸ਼ਰੀ ਜਿਹੜੀ ਹੈ ਇਹ ਵੀ ਵਿਕੀ ਹੋਈ ਹੈ ਔਰ ਜਿਹੜੀ ਹੈ ਫੋਰਸ ਹੈਗੀ ਹੈ ਕੋਈ ਵੀ ਫੋਰਸ ਲਾ ਲਓ ਪੰਜਾਬ ਪੁਲਿਸ ਲਾ ਲਓ ਹਰਿਆਣਾ ਲਾ ਲਓ ਇਹ ਸਭ ਜਿਹੜੇ ਹੈ 80% ਲੋਕ ਜਿਹੜੇ ਆ ਇਹਨਾਂ ਕੋਲੋਂ ਕੰਨੀ ਘਰਾਂਦੇ ਆ ਇਹਨਾਂ ਕੋਲੋਂ ਡਰਦੇ ਆ ਔਰ ਸੱਚੇ ਆਦਮੀ ਜਿਹੜੇ ਆ ਜਿਹੜੇ ਸਹੀ ਆਦਮੀ ਹੈ ਉਹ ਉੱਥੋਂ ਤੱਕ ਪਹੁੰਚਣਾ ਹੀ ਨਹੀਂ ਚਾਹਦੇ ਕਿਉਂਕਿ ਪੁਲਿਸ ਵਾਲੇ ਉਹਨਾਂ ਨੂੰ ਬਹੁਤ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਇਸ ਦੇ ਨਾਲ ਹੀ ਇੱਕ ਸਟੇਟਮੈਂਟ ਲੈਣ ਵਾਸਤੇ ਇੱਕ ਬੰਦੇ ਨੂੰ 6 ਦਿਨ ਜਿਹੜਾ ਹੈ ਉਹ ਉੱਥੇ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਉਂਦੇ ਆ ਦੋ ਦੋ 4-4 ਘੰਟੇ ਬੈਠਾ ਰਹਿੰਦਾ ਆ ਆਦਮੀ ਉਹ ਮੁੜ ਕੇ ਕਹਿੰਦੇ ਸੀ ਕੋਰਟ ਦੇ ਵਿੱਚ ਗਏ ਹੋਏ ਆ ਫਲਾਣੀ ਜਗ੍ਹਾ ਗਏ ਹੋਏ ਆ ਢਿੰਗੜੀ ਜਗ੍ਹਾ ਗਏ ਹੋਏ ਆ ਪੂਰੇ ਬਾਅਦ ਉਹਨੇ ਆਪਣੀ ਸਟੇਟਮੈਂਟ ਦਿੱਤੀ ਹੈ ਸਟੇਟਮੈਂਟ ਜਿਹੜੀ ਹੈ ਉਹ ਥਾਣੇ ਵਾਲੇ ਲਿਖਦੇ ਆ ਲਿਖ ਕੇ ਉਹ ਸਟੇਟਮੈਂਟ ਜਿਹੜੀ ਆ ਪਾੜ ਕੇ ਸੁੱਟ ਦਿੰਦੇ ਆ आरटीआई ਦੇ थ्रू अगर ਉਸ ਦੀ ਕਾਪੀ ਲੈਣ ਦੀ ਕੋਸ਼ਿਸ਼ ਕਰੋ ਵੀ ਮੈਨੂੰ ਰਿਪੋਰਟ ਦਿਓ ਵੀ ਮੇਰੀ ਜਿਹੜੀ ਹੈ ਸਟੇਟਮੈਂਟ ਲਈ ਸੀਗੀ ਉਹ ਕਾਪੀ ਨਹੀਂ ਮਿਲੀ ਹੈ ਉਹ ਮਿਲਦੀ ਨਹੀਂ ਜੀ ਪਰ ਇੱਕ ਸਵਾਲ ਇਹ ਵੀ ਹੈ ਕਿ ਇੱਕ ਪਰਸਨਲ ਕੇਸ ਹੈ ਡੀਸੀ ਦੇ ਕੋਲ ਮੇਰਾ ਕੇਸ ਸੀਨੀਅਰ ਸਿਟੀਜ਼ਨ ਦਾ ਗਿਆ ਹੋਇਆ ਅੱਜ 1 ਸਾਲ ਹੋ ਗਿਆ 60 ਦਿਨਾਂ ਦੇ ਵਿੱਚ ਔਰਾਂ 90 ਦਿਨਾਂ ਦੇ ਵਿੱਚ ਔਰਾਂ ਨਿਪਟਾਰਾ ਹੋਣਾ ਚਾਹੀਦਾ ਉਹ ਅੱਜ ਤੱਕ ਹੋਇਆ ਨਹੀਂ 2-2 3-3 ਮਹੀਨੇ ਦੀਆਂ ਡੇਟਾ ਕੋਟ ਵਾਂਗੂ ਪਾਈ ਜਾ ਰਹੇ ਹੈਗੇ ਆ ਔਰ ਡੀਐਮਬੀ ਜਿਹੜਾ ਹੈਗਾ ਜਾਂ ਏਡੀਸੀ ਜਿਹੜਾ ਹੈਗਾ ਉਹ ਵੀ ਬਸ ਇਸ ਤਰ੍ਹਾਂ ਹੀ ਹੈ ਸੋ ਕਿਤਨਾ ਕਿਤੇ ਤੁਸੀਂ ਕਹਿ ਰਹੇ ਹੋ ਕਿ ਜੇਲ੍ਹਾਂ ਦੇ ਵਿੱਚ ਜਾਂ ਜਿਹੜੀ ਕਿ ਕੁੱਲ ਮਿਲਾ ਕੇ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਨਾ ਤਾਂ ਪੰਜਾਬ ਦੀਆਂ ਜੇਲ੍ਹਾਂ ਸੁਰੱਖਿਤ ਨੇ ਨਾ ਜੇਲ੍ਹਾਂ ਤੋਂ ਬਾਅਦ ਦਾ ਮਾਹੌਲ ਯਾਨੀ ਕਿ ਪੂਰਾ ਪੰਜਾਬ ਲੋਕਾਂ ਦੇ ਮੁਤਾਬਿਕ ਹੀ ਸੁਰੱਖਿਤ ਨਹੀਂ ਹੈ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਕੁਝ ਹੋਰ ਲੋਕ ਵੀ ਮੌਜੂਦ ਨੇ ਜਾਣਦੇ ਆ ਕਿ ਕਿਵੇਂ ਪੰਜਾਬ ਦੀਆਂ ਜੇਲਾਂ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਕਿਵੇਂ ਪੰਜਾਬ ਦੇ ਮੁੱਖ ਮੰਤਰੀ ਦੇ ਉਹ ਦਾਅਵੇ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਆਵਾਮ ਸੁਰੱਖਿਅਤ ਹੈ ਤੇ ਆਵਾਮ ਦੀ ਸੁਰੱਖਿਆ ਦੇ ਲਈ ਕਿੰਨੀ ਕੁ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਜੇਲਾਂ ਤਾਂ ਸੁਰੱਖਿਅਤ ਨਹੀਂ ਤਾਂ ਪੰਜਾਬ ਦੇ ਲੋਕ ਕਿਵੇਂ ਸੁਰੱਖਿਅਤ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੋਹਨ ਸਿੰਘ ਜੀ ਅੱਛਾ ਮੋਹਨ ਜੀ ਜਿਵੇਂ ਜੇਲ੍ਹਾਂ ਦੇ ਵਿੱਚੋਂ ਵਾਰਦਾਤਾਂਵਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਜੇਲ੍ਹਾਂ ਦੇ ਵਿੱਚ ਜੋ ਸੁਰੱਖਿਆ ਦੇ ਦਾਅਵੇ ਕੀਤੇ ਜਾਂਦੇ ਨੇ ਸੁਰੱਖਿਆ ਹੈਗੀ ਹੈ ਜੇਲ੍ਹਾਂ ਦੇ ਵਿੱਚ ਸਭ ਤੋਂ ਮਾੜਾ ਜੀ ਸਭ ਤੋਂ ਮਾੜੀ ਇਹ ਇਹ ਸਾਡਾ ਜੇਲ੍ਹਾਂ ਦਾ ਪ੍ਰਬੰਧ ਹੈ ਜੋ ਇਸ ਹਿਸਾਬ ਨਾਲ ਮੈਨੂੰ ਸਭ ਤੋਂ ਹੀ ਮਾੜਾ ਲੱਗ ਰਿਹਾ ਹੈਗਾ ਕਿ ਇੱਕ ਜੇਲ੍ਹ ਜਿੱਥੇ ਕਿ ਇੱਕ ਵੱਡੇ ਵੱਡੇ ਅਪਰਾਧੀ ਰੱਖੇ ਜਾਂਦੇ ਹਨ ਤੇ ਜਿਨ੍ਹਾਂ ਦੀ ਕਿ ਸਿਕਿਉਰਿਟੀ ਕਰਨੀ ਇੱਕ ਬਹੁਤ ਹੀ ਵੱਡੀ ਅਹਿਮ ਅਹਿਮ ਰੋਲ ਹੈ ਕਿਸੇ ਵੀ ਸਰਕਾਰ ਦਾ ਤੇ ਜਿੱਥੇ ਕਿ ਬਿਲਕੁਲ ਵੀ ਆ ਦੋ ਤਿੰਨ ਇਨਸੀਡੈਂਟ ਸਹੇਜ ਹੋਏ ਜਿਨ੍ਹਾਂ ਤੋਂ ਲੱਗ ਰਿਹਾ ਹੈ ਵੀ ਜੇਲ੍ਹਾਂ ਦੇ ਵਿੱਚ ਕੋਈ ਵੀ ਸਾਡੀ ਕੋਈ ਸੁਰੱਖਿਆ ਨਹੀਂ ਹੈ ਨਾ ਹੀ ਕੋਈ ਉੱਥੇ ਪ੍ਰੋਪਰ ਇੰਤਜ਼ਾਮ ਹੈ ਨਾ ਹੀ ਉਹਨਾਂ ਦੀ ਕੋਈ ਪ੍ਰੋਪਰ ਸਿਕਿਉਰਿਟੀ ਹੈਗੀ ਹੈ ਅਚਾ ਜੇ ਜੇਲ੍ਹਾਂ ਹੀ ਸੁਰੱਖਿਅਤ ਨਹੀਂ ਜੇਲ੍ਹਾਂ ਦੇ ਵਿੱਚ ਕੈਦੀ ਸੁਰੱਖਿਅਤ ਨਹੀਂ ਮੁਲਾਜ਼ਮ ਸੁਰੱਖਿਅਤ ਨਹੀਂ तमाम तमाम ਜੋ ਕਾਰਵਾਈ ਜੇਲ੍ਹਾਂ ਦੇ ਵਿੱਚ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਦੀ ਕਾਰਵਾਈ ਉਸ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਨਹੀਂ ਦਿਖ ਰਹੇ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਹੋਣਗੇ ਪੰਜਾਬ ਦੇ ਲੋਕ ਕਿਵੇਂ ਸੁਰੱਖਿਅਤ ਹੋਣਗੇ ਇਹਦੇ ਸਾਰੇ ਬਾਰੇ ਮਤਲਬ ਕੁੱਲ ਮਿਲਾ ਕੇ ਤਾਂ ਜਿਹੜੀ ਕੋਈ ਵੀ ਜਿਹੜੀ ਸੂਬਾ ਸਰਕਾਰ ਹੁੰਦੀ ਹੈ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਜਿਹੜਾ ਮਤਲਬ ਹੋਮ ਡਿਪਾਰਟਮੈਂਟ ਹੈ ਉਹਨੇ ਦੇਖਣਾ ਹੁੰਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਮ ਪਬਲਿਕ ਨੂੰ ਕਿਦਾਂ ਕੰਟਰੋਲ ਕਰਨਾ ਹੈ ਤੇ ਕਿਸੇ ਇੱਕ ਜੇਲ੍ਹ ਨੂੰ ਕਿਸ ਤਰ੍ਹਾਂ ਸੁਰੱਖਿਅਤ ਕਰਨਾ ਹੈ ਇਹਦੇ ਲਈ ਇਹਨਾਂ ਨੂੰ ਸਪੈਸ਼ਲ ਆਪਣੀ ਟ੍ਰੇਨਿੰਗ ਮੇਰੇ ਹਿਸਾਬ ਨਾਲ ਦੇਣੀ ਚਾਹੀਦੀ ਹੈ ਕਿਉਂਕਿ ਇਹਨਾਂ ਕੋਲੇ ਜਦੋਂ ਤੱਕ ਆਪਾਂ ਕਿਸੇ ਨੂੰ ਮੁਲਾਜ਼ਮਾਂ ਨੂੰ ਟ੍ਰੇਨਿੰਗ ਨਹੀਂ ਦਿੰਦੇ ਵੀ ਹਾਊ ਟੂ ਮੇਨਟੇਨ ਦਾ ਜੇਲਸ ਹਾਊ ਟੂ ਮੇਨਟੇਨ ਇਸ ਸਿਵਲ ਸਕਿਉਰਿਟੀ ਤੇ ਉਨੀ ਦੇਰ ਤੱਕ ਇਹ ਨਹੀਂ ਹੋ ਸਕਦਾ ਹੈ ਤੇ ਕੁਝ ਜਿਹੜੇ ਜੇਲ ਮੁਲਾਜ਼ਮ ਹੁੰਦੇ ਨੇ ਆਪਣੇ ਇਹ ਕੁਝ ਮਤਲਬ ਇਹਨਾਂ ਦੀ ਕੁਝ ਮਲੀ ਭੁਗਤ ਵੀ ਪਾਈ ਗਈ ਹੈ ਤੇ ਜਿਨਾ ਕਰਕੇ ਇਦਾਂ ਦੀਆਂ ਘਟਨਾਵਾਂ ਵਾਪਰਨ ਦਾ ਕਾਰਨ ਬਣਦਾ ਹੈ ਹੁਣ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਜਾਣਦੇ ਆ ਕਿ ਨੌਜਵਾਨ ਜੇਲ੍ਹਾਂ ਦੀ ਸੁਰੱਖਿਆ ਪ੍ਰਤੀ ਜਾਂ ਜੋ ਜੇਲ੍ਹਾਂ ਦੇ ਵਿੱਚ ਵਾਪਰ ਰਿਹਾ ਹੈ ਉਸ ਤੋਂ ਪ੍ਰਤੀ ਕੀ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਹੈ ਜੀ ਹਮੀਦ ਹੈ ਵੀਰੇ ਅੱਛਾ ਹਮੀਦ ਲਗਾਤਾਰ ਜੇਲ੍ਹਾਂ ਦੀ ਸੁਰੱਖਿਆ ਵਿਵਸਥਾ ਤੇ ਸਵਾਲ ਉੱਠ ਰਹੇ ਨੇ ਤੁਹਾਨੂੰ ਲੱਗਦਾ ਕਿ ਪੰਜਾਬ ਦੀਆਂ ਜੇਲ੍ਹਾਂ ਸੁਰੱਖਿਅਤ ਹੈਗੀਆਂ ਨੇ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਪਹਿਲਾਂ ਵੀ ਇਹੋ ਜਿਹੇ ਕਾਂਡ ਹੋ ਚੁੱਕੇ ਨੇ ਆਪਣੇ ਤੇ ਹੁਣ ਜਿਹੜਾ ਇਹ ਲੁਧਿਆਣੇ ਵਾਲਾ ਕਾਂਡ ਹੋਇਆ ਇੱਕ ਕਾਂਡ ਹੀ ਕਹਾ ਕੇ ਮੈਨੂੰ ਤੇ ਇਹਦੇ ਚ ਕੀ ਜਿਹੜੇ ਆਪਣੇ ਜੇਲਰ ਨੇ ਮੇਰੇ ਮੇਰੀ ਸੋਚਣੀ ਆ ਇਹ ਕਿਸੇ ਹੋਰ ਦੀ ਨਹੀਂ ਵੀ ਜਿਹੜੇ ਜੇਲਰ ਨੇ ਤਿਰ ਮੰਤਰੀ ਨੇ ਆਪਣੇ ਜੇਲ ਮੰਤਰੀ ਇਹ ਸਾਰੀ ਮਿਲੀ ਭਗ ਚਲਦੀ ਆ ਜਿਹੜੇ ਪੁਰਾਣੇ ਕੈਦੀ ਨੇ ਪੁਰਾਣੇ ਕੈਦੀ ਹੁਣ ਉੱਥੇ ਇੱਕ ਦਾਦਾ ਟਾਈਪ ਬਣ ਗਏ ਨੇ ਵੀ ਉਹਨਾਂ ਨੂੰ ਸਾਰੀ ਸਹੂਲਤਾਂ ਮਿਲ ਰਹੀਆਂ ਨੇ ਜਿਹੜੀ ਬਰ ਰਹੀਆਂ ਜਿਹੜੀ ਕੈਦੀ ਨੂੰ ਨਹੀਂ ਮਿਲਣੀ ਚਾਹੀਦੀਆਂ ਜਿਵੇਂ ਕਿ ਅੰਦਰ ਡਰੱਗਸ ਵੀ ਮਿਲ ਰਹੇ ਨੇ ਅੰਦਰ ਹਥਿਆਰ ਕਿਵੇਂ ਆ ਗਏ ਅੰਦਰ ਫਾਇਰਿੰਗ ਕਿਵੇਂ ਹੋ ਸਕਦੀ ਆ ਤੁਸੀਂ ਸੋਚੋ ਜੇਲ ਚ ਨਹੀਂ ਬੰਦਾ ਕੋਈ ਜੇਲ ਚ ਬੰਦਾ ਅੰਦਰ ਕੋਈ ਬੰਦੂਕ ਹਥਿਆਰ ਕਿਵੇਂ ਪਹੁੰਚ ਸਕਦਾ ਇਹ ਸਾਰੀ ਜੇਲਰ ਤੇ ਹੋਰ ਪ੍ਰਸ਼ਾਸਨ ਦੀ ਆਪਣੀ ਗਲਤੀ ਹੈ ਵੀ ਕਿਵੇਂ ਪਹੁੰਚ ਸਕਦਾ ਅਜੇ ਜ਼ਿੰਮੇਵਾਰ ਕੌਣ ਹੈ ਫਿਰ ਸਿੱਧਾ ਸਭ ਤੋਂ ਪਹਿਲੀ ਸਰਕਾਰ ਜ਼ਿੰਮੇਵਾਰ ਆ ਉਦੋਂ ਬਾਅਦ ਜਿਹੜੇ ਆਪਣਾ ਪ੍ਰਸ਼ਾਸਨ ਜਿਵੇਂ ਆਪਣੇ ਆਫੀਸਰਸ ਹੋਗੇ ਇਹ ਸਾਰੇ ਨੇ ਤੋਂ ਤੋਂ ਕਰਪਸ਼ਨ ਕਿਉਂਕਿ ਜਿਵੇਂ ਅੰਦਰ ਕੋਈ ਚੀਜ਼ ਪਹੁੰਚੀ ਆ ਇਹ ਸਿਰਫ ਪਹੁੰਚੀ ਕਿਉਂ ਆ ਸਿਰਫ ਪੈਸੇ ਕਰਕੇ ਪਹੁੰਚੀ ਆ ਇੱਕ ਪੈਸਾ ਮਤਲਬ ਉਹਨਾਂ ਨੂੰ ਪੈਸਾ ਕਮਾਣ ਦੀ ਨਹੀਂ ਲਲਕ ਹੋਗੀ ਆਪਣੇ ਪ੍ਰਸ਼ਾਸਨ ਨੂੰ ਵੀ ਉਹ ਦੇਖ ਨਹੀਂ ਰਹੀ ਕਿ ਇਹਦਾ ਕੀ ਅੱਗੇ ਨੁਕਸਾਨ ਹੋ ਸਕਦਾ ਆਪਣੇ ਨਤੀਜੇ ਕੀ ਹੋ ਸਕਦੇ ਨੇ ਨਤੀਜੇ ਬਹੁਤ ਬੁਰੇ ਹੋ ਸਕਦੇ ਨੇ ਇਹਦੇ ਹਜੇ ਤਾਂ ਚਲੋ ਅੰਦਰ ਹਥਿਆਰ ਆ ਗਏ ਸੀ ਜੇ ਉਹ ਉਹਨਾਂ ਨੂੰ ਹੀ ਮਾਰ ਕੇ ਭੱਜ ਲੈਂਦੇ ਠੀਕ ਹੈ ਇਹਦਾ ਜ਼ਿੰਮੇਵਾਰ ਕੌਣ ਸੀ ਉਹ ਬਾਹਰ ਆਪਣੇ ਸਮਾਜ ਚ ਆ ਕੇ ਉਹ ਬੰਦ ਅੰਦਰ ਤਾਂ ਹੀ ਨੇ ਨਾ ਵੀ ਸਮਾਜ ਤੋਂ ਦੂਰ ਰੱਖਣਾ ਹੈ ਉਹਨਾਂ ਨੂੰ ਅੱਛਾ ਤੁਸੀਂ ਕੀ ਸੋਚਦੇ ਹੋ ਕਿ ਕਿਵੇਂ ਇਹ ਜੜੀਆਂ ਘਟਨਾਵਾਂ ਰੁਕ ਸਕਦੀਆਂ ਨੇ ਜ਼ਿਲ੍ਹੇ ਦੇ ਵਿੱਚ ਜੋ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਉਹ ਰੋਕਣ ਦੇ ਲਈ ਕਿਸ ਤਰ੍ਹਾਂ ਦੇ ਇੰਤਜ਼ਾਮ ਕਰਨ ਦੀ ਲੋੜ ਹੈ ਇਹ ਤੋਂ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਆਫੀਸਰ ਤੇ ਜ਼ਿਲ੍ਹੇ ਦਾ ਢਾਂਚਾ ਸਾਰਾ ਬਦਲਣਾ ਪੈਣਾਗਾ ਜਿਵੇਂ ਆਪਾਂ ਨੂੰ ਆਪਾਂ ਵੈਸਟਰਨ ਜੇਲ੍ਹਾਂ ਦੇਖੀਏ ਉਹਨਾਂ ਦੇ ਟਾਂਚੇ ਉੱਧਰ ਵੀ ਹੈਗਾ ਇਹ ਚੀਜ਼ ਬਟ ਉਧਰ ਐਵੇਂ ਨਹੀਂ ਹੈਗਾ ਕਿ ਕੋਈ ਵੀ ਚੀਜ਼ ਅੰਦਰ ਜਾ ਸਕਦੀ ਹੈ ਤੇ ਆਪਾਂ ਬਾਹਰਲੇ ਦੇਸ਼ਾਂ ਚੋਂ ਜਿਵੇਂ ਆਪਣੇ ਮੰਤਰੀ ਨੇ ਟ੍ਰਿਪ ਤੇ ਜਾਂਉਂਦੇ ਨੇ ਤੇ ਉਧਰੋਂ ਆਪਾਂ ਸਿੱਖ ਸਕਦੇ ਨੇ ਵੀ ਕੀ ਕੀ ਆਪਾਂ ਇੱਥੇ ਚੇਂਜਸ ਲੈ ਕੇ ਆਈਏ ਤਾਂ ਕਿ ਆਪਣੇ ਜੇਲ੍ਹ ਵੀ ਸੁਰੱਖਿਅਤ ਹੋਣ ਪਹਿਲੀ ਗੱਲ ਜੇਲੀਆਂ ਜਿਹੜੇ ਕੈਦੀ ਨੇ ਉਹਨਾਂ ਵਾਸਤੇ ਵੀ ਤੇ ਜਿਹੜੇ ਆਫੀਸਰਸ ਨੇ ਉਹਨਾਂ ਵਾਸਤੇ ਕਿਉਂਕਿ ਹੁਣ ਫਾਇਰਿੰਗ ਹੋਈ ਆ ਆਫੀਸਰਾਂ ਕੋਈ ਬੇਗੁਨਾਹ ਆਫੀਸਰਾਂ ਉਹਨੇ ਥੋੜੀ ਕੁਝ ਕੀਤਾ ਉਹ ਵੀ ਇੰਜਰਡ ਹੋਏ ਨੇ ਤੇ ਜਿਹੜੇ ਕੈਦੀ ਨੇ ਜਿਨ੍ਹਾਂ ਹਥਿਆਰ ਹੈ ਇਹਨਾਂ ਤੋਂ ਕੋਈ ਲੈਣਾ ਦੇਣਾ ਸੀਗਾ ਉਹ ਵੀ ਇੰਜਰਡ ਹੋਏ ਨੇ ਦੋਹੇ ਪਾਸਿਆਂ ਦਾ ਨੁਕਸਾਨ ਹੋਇਆ ਨਾ ਤੇ ਤਾਂ ਕਰਕੇ ਮੇਰਾ ਇਹੀ ਮੰਨਣਾ ਵੀ ਇੱਕ ਤਾਂ ਆਫੀਸਰ ਕਰਪਸ਼ਨ ਦੂਰ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤੇ ਜੇਲ੍ਹਾਂ ਦਾ ਸਾਰਾ ਢਾਂਚਾ ਸਟਰਕਚਰ ਆਪਾਂ ਨੂੰ ਚੇਂਜ ਕਰਨਾ ਪਊਗਾ ਤੇ ਆਈ ਥਿੰਕ ਇੱਕ ਐਜੂਕੇਸ਼ਨ ਜੇਲ੍ਹਾਂ ਚ ਹੋਣੀ ਚਾਹੀਦੀ ਆ ਵੀ ਉਹਨਾਂ ਨੂੰ ਜਿਵੇਂ ਵੇਲਾ ਬੈਠਾ ਬੰਦਾ ਵੇਲਾ ਦਿਮਾਗ ਸ਼ੈਤਾਨ ਦਾ ਘਰ ਹੀ ਹੋ ਗਿਆ ਠੀਕ ਹੈ ਤੇ ਉਹਨਾਂ এডਿਕੇਸ਼ਨ ਹੋਣੀ ਚਾਹੀਦੀ ਹੈ ਉੱਥੇ ਉਹਨਾਂ ਨੂੰ ਸੁਧਾਰਨਾ ਚਾਹੀਦਾ ਮਤਲਬ ਥੋੜੀ ਕਾਉਂਸਲਿੰਗਸ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਐਵੇਂ ਦੇ ਕੁਝ ਸਟੈਪਸ ਨੇ ਜੋ ਆਪਾਂ ਕਰ ਸਕਦੇ ਨੇ ਉਹਨਾਂ ਨੂੰ ਸੁਧਾਰਨ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਨੌਜਵਾਨਾਂ ਦੇ ਨੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਦੋਵਾਂ ਨੇ ਆਪਣੀ ਆਪਣੀਆਂ ਵੱਖ-ਵੱਖ رائے ਸਾਹਮਣੇ ਰੱਖੀਆਂ ਪਰ ਇੱਥੇ ਸਵਾਲ ਲਗਾਤਾਰ ਇਹ ਖੜਾ ਹੋ ਰਿਹਾ ਕਿ ਸੁਧਾਰ ਕਰ ਕਿਹਾ ਜਾਣ ਵਾਲੀਆਂ ਜੇਲਾਂ ਨਾਖਰ ਵਿਗਾੜ ਕਰ ਕਿਉਂ ਬਣਦੀਆਂ ਜਾ ਰਹੀਆਂ ਨੇ ਮੁਲਾਜ਼ਮਾ ਦੇ ਵੱਲੋਂ ਜਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਸੁਰੱਖਿਆ ਕਿਉਂ ਨਹੀਂ ਕੀਤੀ ਜਾਂਦੀ ਕੈਦੀਆਂ ਦੀ ਸੁਰੱਖਿਆ ਦੇ ਇਹਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਤੇ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਾਣਦੇ ਹਾਂ ਕਿ ਉਹ ਕੀ ਸੋਚਦੇ ਨੇ ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ब्रेक ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਤਾ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿੰਨੀਆਂ ਇੱਕ ਪੰਜਾਬ ਦੀਆਂ ਜੇਲ੍ਹ ਜੇਲਾ ਜਿਹੜੀਆਂ ਉਹ ਸੁਰੱਖਿਅਤ ਨੇ ਕਿੰਨੇ ਕੁ ਮੁਲਾਜ਼ਮਾਂ ਦੇ ਵੱਲੋਂ ਜੇਲਾਂ ਦੇ ਵਿੱਚ ਜਿਹੜੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸਰਕਾਰ ਦੇ ਦਾਅਵੇ ਜੇਲਾਂ ਨੂੰ ਲੈ ਕੇ ਕੀ ਕਹਿ ਰਹੇ ਨੇ ਤੇ ਲੋਕ ਇਸ ਪ੍ਰਤੀ ਕੀ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਮਿਤ ਅੱਛਾ ਅਮਿਤ ਪੰਜਾਬ ਦੀਆਂ ਜੇਲਾਂ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਆਏ ਦਿਨ ਮਾਮਲਾ ਸਾਹਮਣੇ ਆਉਂਦਾ ਕਦੇ ਲੁਧਿਆਣਾ ਤੋਂ ਕਦੇ ਨਾਭਾ ਤੋਂ ਕਦੇ ਅੰਮ੍ਰਿਤਸਰ ਜਲੰਧਰ ਲਗਾਤਾਰ ਜੇਲਾਂ ਦੇ ਵਿੱਚੋਂ ਕਦੇ ਮੌਤ ਹੁੰਦੀ ਹੈ ਕਿਤੇ ਨਸ਼ਾ ਵਿਕਦਾ ਹੈ ਕਿਤੇ ਰਿਵਾਲਵਰ ਜਾਂ ਹੋਰ ਗਤੀਵਿਧੀਆਂ ਸਾਹਮਣੇ ਆਉਂਦੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਹੈ ਕੈਦੀਆਂ ਦੀ ਮੁਲਾਜ਼ਮਾਂ ਦੇ ਨਾਲ ਝੜਪ ਹੁੰਦੀ ਹੈ ਕਾਰਨ ਕੀ ਨੇ ਦੇਖੋ ਜੀ ਇਹਦੇ ਵਿੱਚ ਕਈ ਕਾਰਨ ਹੋ ਸਕਦੇ ਆ ਮੇਨ ਤਾਂ ਇਹ ਹੈਗਾ ਵੀ ਆਪਸ ਵਿੱਚ ਪਰਸਨਲ ਕਿਸੇ ਦੀ ਰੰਜਿਸ਼ ਹੋਵੇ ਉਸ ਕਰਕੇ ਵੀ ਹੋ ਸਕਦਾ ਹੈ ਤੇ ਜਿਹੜਾ ਜੇਲ੍ਹਾਂ ਚ ਤੁਸੀਂ ਗੱਲ ਕੀਤੀ ਐ ਕਿ ਜੇਲ੍ਹਾਂ ਚ ਜਿਵੇਂ ਫਾਇਰਿੰਗ ਹੋਈ ਐ ਹੁਣ ਤੇ ਬੰਦਾ ਮਰ ਗਿਆ ਇਹਦੇ ਵਿੱਚ ਲੈਪਸ ਕਈ ਲੈਵਲ ਤੇ ਹੋ ਸਕਦੇ ਨੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਹੋ ਸਕਦੇ ਨੇ ਜਾਂ ਜਿਹੜਾ ਲੋਕਲ ਅੰਦਰ ਜਿਹੜਾ ਅਰੇਂਜਮੈਂਟ ਐ ਉਹਦੇ ਲੈਵਲ ਤੇ ਹੋ ਸਕਦੇ ਨੇ ਪਰ ਪੁਕਤਾ ਸੁਰੱਖਿਆ ਪ੍ਰਬੰਧ ਪੁਕਤਾ ਕਿਉਂ ਨਹੀਂ ਕੀਤੇ ਜਾਂਦੇ ਮੁੱਖ ਮੰਤਰੀ ਦਾਅਵੇ ਕਰਦੇ ਨੇ ਕਿ ਜੇਲ੍ਹਾਂ ਦੇ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਨੇ ਜੇਲ੍ਹ ਮੰਤਰੀ ਦੇ ਦਾਅਵੇ ਜਿਹੜੇ ਮੁੱਕਦੇ ਨਹੀਂ ਲਗਾਤਾਰ ਨਿਤ ਨਵਾਂ ਦਾਅਵਾ ਕਰ ਦਿੱਤਾ ਜਾਂਦਾ ਹੈ ਸੁਰੱਖਿਆ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਜੋ ਦਾਅਵੇ ਕੀਤੇ ਜਾਂਦੇ ਨੇ ਅਸਲ ਮਹੀਨੇ ਦੇ ਵਿੱਚ ਦਾਅਵੇ ਲਾਗੂ ਹੁੰਦੇ ਨੇ ਐਕਚੁਅਲੀ ਇਹ ਤੇ ਇਨਸਪੈਕਸ਼ਨ ਤੇ ਡਿਪੈਂਡ ਕਰਦਾ ਹੈ ਜਿਹੜੀ ਪੀਰੀਆਡਿਕਲ ਇਨਸਪੈਕਸ਼ਨ ਹੁੰਦੀ ਹੈ ਜੇਲ੍ਹਾਂ ਦੀ ਤੇ ਐਡਮਿਨਿਸਟ੍ਰੇਸ਼ਨ ਨੇ ਉਹ ਜਿਹੜੀ ਕਰਨੀ ਹੁੰਦੀ ਹੈ ਉਹ ਰਿਵਿਊ ਕਰਕੇ ਹੀ ਉਹ ਅੱਗੇ ਇੰਪਰੂਵ ਕਰਨੇ ਦੀ ਕੋਸ਼ਿਸ਼ ਕਰਦੇ ਨੇ ਤੇ ਲੈਪਸ ਨੂੰ ਇੰਪਰੂਵ ਕਰਨੇ ਦੀ ਕੋਸ਼ਿਸ਼ ਕਰਦੇ ਨੇ ਜੀ ਬਹੁਤ ਬਹੁਤ ਧੰਨਵਾਦ ਅਸੀਕਾਲ ਜੀ ਬਰਿੰਦਰ ਕੁਮਾਰ ਜੀ ਕੀ ਨਾਮ ਹੈ ਜੀ ਬਰਿੰਦਰ ਕੁਮਾਰ ਅੱਛਾ ਬਰਿੰਦਰ ਜੀ ਜੇਲ੍ਹਾਂ ਨੂੰ ਲੈ ਕੇ ਜੇਲ੍ਹ ਜੇਲ੍ਹ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀਆਂ ਜੇਕਰ ਜੇਲ੍ਹਾਂ ਸੁਰੱਖਿਤ ਨਹੀਂ ਤਾਂ ਲੋਕ ਸੁਰੱਖਤ ਹੈਗੇ ਨਹੀਂ ਨਹੀਂ ਇਹਦੇ ਵਿੱਚ ਇੱਕ ਸੁਰੱਖਿਆ ਤਾਂ ਕਿਸ ਤਰ੍ਹਾਂ ਰਹਿ ਸਕਦੇ ਆ ਜਿਹੜੀ ਅੰਦਰ ਗੈਂਗਸਟਰ ਬਣੇ ਹੋਏ ਆ ਮਤਲਬ ਜੇਲ੍ਹਾਂ ਦੇ ਵਿੱਚ ਉਹ ਇਹਨਾਂ ਦੇ ਮিলি ਭੁਗਤ ਬੰਦੇ ਹੁੰਦੇ ਆ ਉਹੀ ਇਹ ਕੰਮ ਕਰਾਉਂਦੇ ਰਹਿੰਦੇ ਆਂ ਅੰਦਰੇ ਦੀ ਅੰਦਰ ਔਰ ਪੰਜਾਬ ਚ ਨਸ਼ਾ ਖੋਰੀ ਹੈ ਜਿਹੜੀ ਉਹ ਇੰਨੀ ਵੱ ਚੁੱਕੀ ਹੈ ਕਿ ਜਿਸ ਦੇ ਨਾਲ ਮਤਲਬ ਹਰੇਕ ਬੰਦਾ ਹੁਣ ਕਹਿੰਦਾ ਕਿ ਮੈਨੂੰ ਪੈਸੇ ਬਿਨਾ ਕੰਮ ਕਰੇ ਤੇ ਮਿਲ ਜਵੇ ਉਹ ਬੰਦੇ ਨੂੰ ਜਦ ਬਿਨਾ ਕੰਮ ਕਰੇ ਤੇ ਪੈਸੇ ਮਿਲਦੇ ਆ ਫਿਰ ਉਹ ਇਹ ਜੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ ਤੇ ਤੁਹਾਨੂੰ ਇਹ ਜੇਲ੍ਹਾਂ ਦੇ ਵਿੱਚ ਜੋ ਕਾਰਵਾਈਆਂ ਸਾਹਮਣੇ ਆ ਰਹੀਆਂ ਨੇ ਪੁਲਿਸ ਵਿਰਾਜ਼ਮ ਦੇ ਮੁਲਾਜ਼ਮਾ ਦੇ ਨਾਲ ਹਥੋਪਾਈ ਹੁੰਦੀ ਹੈ ਮੌਤ ਵੀ ਹੋ ਜਾਂਦੀ ਹੈ ਇਸ ਦੇ ਪਿੱਛੇ ਕਾਰਨ ਕੀ ਮੰਨਦੇ ਹੋ ਜ਼ਿੰਮੇਵਾਰ ਕੌਣ ਹੈ ਜਿਮੇਵਾਰਤਾ ਪ੍ਰਸ਼ਾਸਨ ਦੀ ਪੈਂਦਾ ਜੀ ਦੇਖੋ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਤਾਂ ਜੇ ਉਹ ਹੀ ਨਹੀਂ ਆਪਣੇ ਢੰਗ ਨਾਲ ਨਭਾਉਂਗਾ ਫਿਰ ਇਹ ਚੀਜ਼ਾਂ ਪੈਦਾ ਹੀ ਨਹੀਂ ਹੋਣਗੀਆਂ ਕੁਝ ਹੋਰ ਲੋਕ ਮੌਜੂਦ ਨੇ ਜਾਣਦੇ ਆ ਕਿ ਲਗਾਤਾਰ ਜੇਲ੍ਹ ਦੀ ਸੁਰੱਖਿਆ ਦੇ ਉੱਤੇ ਸਵਾਲ ਉੱਠ ਰਹੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਉੱਠ ਰਹੇ ਨੇ ਤੇ ਇਹਨਾਂ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇ ਤੇ ਨਾਲ ਦੀ ਨਾਲ ਜੇਲ੍ਹ ਮੰਤਰੀ ਦੇ ਦਾਅਵੇ ਤੇ ਹੁਣ ਇਹਨਾਂ ਦਾਅਵਿਆਂ ਵਿਚਕਾਰ ਆਮ ਲੋਕ ਕੀ ਸੋਚਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਹੈ अच्छा गुरविंदर जिस तरह ਪੰਜਾਬੀਆਂ ਜੇਲ੍ਹਾਂ ਦੇ ਹਾਲਾਤ ਬਣੇ ਹੋਏ ਨੇ ਜੇਲ੍ਹਾਂ ਦੀ ਸਥਿਤੀ ਸਾਹਮਣੇ ਆ ਰਹੀ ਹੈ ਕੁੱਟਮਾਰ ਦੀਆਂ ਘਟਨਾਵਾਂ ਆ ਰਹੀਆਂ ਨੇ ਲੋਕਾਂ ਦੀ ਸੁਰੱਖਿਆ ਦੇ ਨਾਲ ਵੀ ਸਵਾਲ ਉੱਠ ਰਹੇ ਨੇ ਤੁਹਾਨੂੰ ਲੱਗਦਾ ਕਿ ਜੇ ਜੇਲ੍ਹਾਂ ਦੇ ਵਿੱਚ ਹੀ ਕੈਦੀ ਸੁਰੱਖਿਤ ਨਹੀਂ ਤਾਂ ਬਾਹਰ ਲੋਕ ਸੁਰੱਖਿਤ ਹੋਣਗੇ ਹਾਂਜੀ ਅੱਜ ਕੱਲ ਦਾ ਹੀ ਮਾਹੌਲ ਬਹੁਤ ਖਰਾਬ ਹੋ ਗਿਆ ਪੰਜਾਬ ਦਾ ਜਿਵੇਂ ਦੇਖਿਆ ਜਾਂਦਾ ਜੀ ਇੱਕ ਪਿੱਛੇ ਜਿਮ ਮੈਂ ਹੋਰ ਖਬਰ ਦੇਖੀ ਸੀ ਵੀ ਜਿੱਦੇ ਚ ਕਹਿੰਦੇ ਸੀ ਕੋਈ ਪੁਲਿਸ ਅਧਿਕਾਰੀ ਸੀ ਪਹਿਲਾਂ ਜੀ ਤੇ ਉਹ ਕਹਿੰਦਾ ਵੀ ਉਹ ਕ੍ਰਿਮੀਨਲ ਕੇਸ ਚੱਲਦਾ ਦੇ ਕੋਈ ਉਹ ਵੀ ਛੁੱਟੀ ਦੇ ਕਹਿੰਦੇ ਇੰਨੀ ਬਾਹਰ ਫਿਰ ਰਿਹਾ ਸੀ ਵੀੰ ਮਲੋਗ ਐ ਤੇ ਬੇਲ ਵੀ ਵਗੈਰਾ ਹੋਈ ਨਹੀਂ ਉਹਦੇ ਇੱਦਾਂ ਹੀ ਵਰਦਾ ਸੀ ਅੱਛਾ ਠੀਕ ਹੈ ਇਹ ਜੇਕਰ ਜੇਲ੍ਹਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਤੁਹਾਨੂੰ ਲੱਗਦਾ ਹੈ ਕਿ ਜੇਲ੍ਹਾਂ ਦੇ ਵਿੱਚ ਉਸ ਤਰ੍ਹਾਂ ਦੇ ਪ੍ਰਬੰਧ ਹੈਗੇ ਨੇ ਹਾਲਾਂਕਿ ਜਦੋਂ ਤਾਂ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਕੈਦੀਆਂ ਦੇ ਪਰਿਵਾਰਕ ਮੈਂਬਰ ਮਿਲਣ ਜਾਂਦੇ ਨੇ ਉਹਨਾਂ ਦੀ ਤਾਂ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਉੱਪਰੋਂ ਲੈ ਕੇ ਥੱਲੇ ਤੱਕ ਚੈਕਿੰਗ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚੋਂ ਫੋਨ ਨਿਕਲਦੇ ਨੇ ਅਸਲਾ ਨਿਕਲਦਾ ਹੈ ਨਸ਼ੇ ਦੇ ਜਿਹੜਾ ਧੰਦਾ ਵੀ ਜੇਲ੍ਹਾਂ ਦੇ ਵਿੱਚੋਂ ਚਲਾਇਆ ਜਾਂਦਾ ਤੁਹਾਨੂੰ ਜ਼ਿੰਮੇਵਾਰ ਕੌਣ ਲੱਗਦਾ ਹੈ ਇਸ ਸਬੰਧ ਇਹਦੇ ਤਾਂ ਹੀ ਮੇਨ ਰੋਲ ਦਾ ਕਰਪਸ਼ਨ ਦਾ ਹੀ ਆ ਜੀ ਇਹ ਕਰਪਸ਼ਨ ਨਹੀਂ ਹੋਊਗੀ ਸਭ ਕੁਝ ਠੀਕ ਹੋਊਗਾ ਜੀ ਕਰਪਸ਼ਨ ਕਰਕੇ ਜੀ ਸਾਰਾ ਕੁਝ ਅੰਦਰ ਕੋਣ ਕਰਦਾ ਕਰਪਸ਼ਨ ਉਹ ਤਾਂ ਹੀ ਆਪਣੇ ਪੁਲਿਸ ਆਫੀਸਰ ਹੀ ਕਰਦੇ ਆ ਜੀ ਤਾਂ ਹੀ ਸਭ ਕੁਝ ਹੁੰਦਾ ਜੀ ਕੀ ਬਹੁਤ ਬਹੁਤ ਧੰਨਵਾਦ ਸਸੀ ਗਾਲ ਜੀ ਸਸੀ ਗਾਲ ਜੀ ਕਿ ਨਾਮ ਹੈ ਜੀ ਦਿਲਬਰ ਸਿੰਘ ਜੀ ਅੱਛਾ ਦਿਲਬਰ ਜੋ ਜੇਲ੍ਹਾਂ ਦੇ ਵਿੱਚ ਸਥਿਤੀ ਬਣੀ ਹੋਈ ਹੈ ਲੁਧਿਆਣਾ ਦੇ ਵਿੱਚ 14 ਕੈਦੀਆਂ ਦੇ ਭੱਜਣ ਦੀ ਖਬਰ ਆ ਰਹੀ ਹੈ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਮੁਲਾਜ਼ਮਾਂ ਨੇ ਤਰਲੇ ਮਿੰਤਾ ਕਰਕੇ ਉਹਨਾਂ ਨੂੰ ਫੜ ਵੀ ਲਿਆ ਹੈ ਤੇ ਉਸ ਦੇ ਵਿੱਚ ਜੇਲ੍ਹਾਂ ਦੇ ਵਿੱਚ ਮਾਰਕੁੱਟ ਹੁੰਦੀ ਹੈ ਕੈਦੀਆਂ ਦੀ ਮੌਤ ਹੁੰਦੀ ਹੈ ਕੁਝ ਮੁਲਾਜ਼ਮਾਂ ਦੇ ਨਾਲ ਝੜਪ ਹੋ ਜਾਂਦੀ ਹੈ ਮੁਲਾਜ਼ਮ ਵੀ ਫੱਟੜ ਫੱਟੜ ਹੁੰਦੇ ਨੇ ਪਰ ਸਵਾਲ ਇਹ ਕਿ ਜੇਲ੍ਹਾਂ ਦੇ ਵਿੱਚ ਆਖਰ ਕਾਨੂੰਨ ਵਿਵਸਥਾ ਪੁਕਤਾ ਕਿਉਂ ਨਹੀਂ ਕੀਤੀ ਜਾਂਦੀ ਜੇਲ੍ਹਾਂ ਦੇ ਵਿੱਚ ਅਸਲ 'ਚ ਇਹਨਾਂ ਨੂੰ ਆਪਣਾ ਜ਼ਿਆਦਾ ਪ੍ਰਬੰਧ ਹੋਰ ਕਰਨਾ ਚਾਹੀਦਾ ਹੈਗਾ ਹੈ ਕੈਮਰਿਆਂ ਦੀ ਸਿਸਟਮ ਕਰਨਾ ਚਾਹੀਦਾ ਹੈਗਾ ਹੈ ਕਿਉਂਕਿ ਜੇ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੇ ਕੈਦੀ ਆ ਉਹਨਾਂ ਦੀ ਸੁਰੱਖਿਆ ਨਹੀਂ ਬਾਰ ਆਮ ਜਨਤਾ ਦੀ ਸੁਰੱਖਿਆ ਜਮਾਈ ਨਹੀਂ ਹੋ ਸਕਦੀ ਹੈ ਅੱਛਾ ਇਸ ਤੋਂ ਪਹਿਲਾਂ ਵੀ ਇੱਕ ਜੇਲ੍ਹ ਕਾਂਡ ਵਾਪਰਿਆ ਸੀ 2 ਸਾਲ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਨਾਬਾ ਦੇ ਵਿੱਚ ਹੁਣ ਇਸ ਵਾਰ ਜਿਹੜਾ ਮੁਲਾਜ਼ਮ ਦਾ ਆਪਣਾ ਕੈਦੀ ਦਾ ਕਤਲ ਹੋ ਜਾਂਦਾ ਹੈ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਹੁੰਦੀ ਹੈ ਲੁਧਿਆਣਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੀ ਕੈਦੀ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਕਿਤਨੇ ਕਿਤੇ ਕੈਮਰੇ ਜਦੋਂ ਕਾਰਵਾਈ ਹੁੰਦੀ ਤਾਂ ਜੇਲ੍ਹ ਪ੍ਰਸ਼ਾਸਨ ਕਹਿੰਦਾ ਹੈ ਕਿ ਕੈਮਰਿਆਂ ਦੇ ਵਿੱਚ ਫਾਲਟ ਹੈ ਕੈਮਰੇ ਨਹੀਂ ਚੱਲਦੇ ਕਿਤਨਾ ਕਿਤੇ ਮਿਲੀਭੁਗਤ ਦੇ ਵੀ ਲੋਕਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਨੂੰ ਲੱਗਦਾ ਕਿ ਪੁਲਿਸ ਮੁਲਾਜ਼ਮ ਜਾਂ ਜੇਲ੍ਹ ਵਿਭਾਗ ਤੇ ਕੈਦੀਆਂ ਦੀ ਮਿਲੀਭੁਗਤ ਦੇ ਇਹ 메ਨ ਚੱਕਰ ਹੈਗਾ ਜਿਹੜੀ ਇਹ ਮਿਲੀਭੁਗ ਤੇ ਕਰਾਪਸ਼ਨ ਹੈ ਜੀ 메ਨ ਜਿਹੜੀ ਆਪਣੇ ਇੱਥੇ ਕਰਾਪਸ਼ਨ ਕਿਸ ਤਰ੍ਹਾਂ ਕਰਾਪਸ਼ਨ ਹੋ ਰਹੀ ਹੈ ਇਹ ਮਿਲੀਭੁਗ ਤੋਂ ਹੋ ਕੇ ਹੀ ਬੰਦਾ ਪੈਸੇ ਦੇ ਕੇ ਹੀ ਸਭ ਕੁਝ ਜਾ ਰਿਹਾ ਫੋਨ ਜਾ ਰਹੇ ਆ ਕੈਮਰਿਆਂ ਦਾ ਹੋ ਰਿਹਾ ਏ ਇਹ ਕਰਾਪਸ਼ਨ ਦਾ ਹੀ 메ਨ ਰੀਜ਼ਨ ਹੈ ਅੱਛਾ ਫਿਰ ਰੋਕੀ ਕਿਸ ਤਰ੍ਹਾਂ ਜਾ ਸਕਦੀ ਹੈ ਤਾਂ ਨੌਜਵਾਨੋ ਕਿਸ ਤਰ੍ਹਾਂ ਦਾ ਦਿਮਾਗ ਦੇ ਵਿੱਚ ਹੈਗਾ ਵੀ ਇਸ ਕਰਾਪਸ਼ਨ ਨੂੰ ਜਾਂ ਜੇਲ੍ਹਾਂ ਦੇ ਵਿੱਚ ਸੁਰੱਖਿਆ ਲਈ ਸਰਕਾਰ ਨੂੰ ਇਹ ਕਦਮ ਚੁੱਕਣੇ ਚਾਹੀਦੇ ਨੇ ਹਾਂਜੀ ਇਹ ਮੈਨ ਪਹਿਲਾਂ ਤਾਂ ਆਪਣੀ ਸਰਕਾਰ ਨੂੰ ਇਹੀ ਚਾਹੀਦਾ ਹੈਗਾ ਵੀ ਕ腐ਸ਼ਨ ਖਤਮ ਕਰੇ ਤੇ ਉਹਦੇ ਸਰਕਾਰ ਕਲੀਕ ਸਰਕਾਰ ਵੀ ਨਹੀਂ ਕਰ ਸਕਦੀ ਇਹਨੂੰ ਖਤਮ ਇਹ ਮੈਨ ਨਾਲ ਇਹਨਾਂ ਨੂੰ ਆਪਣਾ ਜਿਹੜੀ ਆਮ ਜਨਤਾ ਹੈ ਇਹਨੂੰ ਸਾਥ ਦੇਣਾ ਚਾਹੀਦਾ ਹੈਗਾ ਕਿਸੇ ਨੂੰ ਪੈਸਾ ਨਾ ਦੋ ਆਪਣਾ ਕੰਮ ਹੋਊਗਾ ਸਹੀ ਇਹ ਮੈਨ ਜੀ ਬਹੁਤ ਬਹੁਤ ਧੰਨਵਾਦ ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿਤਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੇ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਉੱਠੇ ਨੇ ਤੇ ਨਾਲ ਦੀ ਨਾਲ ਸਵਾਲ ਉੱਠੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਪੰਜਾਬ ਦੀ ਸਰਕਾਰ ਦੇ ਉੱਤੇ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਪਰ ਇਹਨਾਂ ਸਵਾਲਾਂ ਦੇ ਵਿਚਕਾਰ ਇੱਕ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਆਖਿਰ ਲਗਾਤਾਰ ਪੰਜਾਬ ਦੇ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ ਪਰ ਇਹਨਾਂ ਦਾਅਵਿਆਂ ਦੇ ਵਿੱਚ ਆਖਿਰ ਪੰਜਾਬ ਦੇ ਮੁੱਖ ਮੰਤਰੀ ਦਾ ਉਹ ਨਾਰਾ ਵਾਅਦਾ ਪੰਜਾਬ ਬਦਲਦਾ ਪੰਜਾਬ ਕਿੰਨਾ ਕੁ ਸਾਬਿਤ ਹੋ ਰਿਹਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਰੇਪ ਦੀਆਂ ਘਟਨਾਵਾਂ ਹੋ ਰਹੀਆਂ ਨੇ ਲਗਾਤਾਰ ਜੁਰਮ ਵਧਦਾ ਜਾ ਰਿਹਾ ਤੇ ਹੁਣ ਆਖਿਰ ਉਹ ਜੁਰਮ ਜੇਲ੍ਹਾਂ ਦੀਆਂ ਸਲਾਕਾਂ ਦੇ ਅੰਦਰ ਵੀ ਚਲਾ ਗਿਆ ਹੈ ਕੈਦੀਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਆਉਂਦੇ ਨੇ ਕੈਦੀਆਂ ਦੀਦ ਵਿੱਚ ਝੜਪ ਦੇ ਮਾਮਲੇ ਆਉਂਦੇ ਨੇ ਜੇਲ੍ਹਾਂ ਦੇ ਵਿੱਚ ਮੌਤ ਦੇ ਮਾਮਲੇ ਆਉਂਦੇ ਨੇ ਆਖਿਰ ਇਹ ਮਾਮਲੇ ਰੋਕੇ ਕਿਉਂ ਨਹੀਂ ਜਾਂਦੇ ਇੱਕ ਵੱਡਾ ਸਵਾਲ ਅੱਜ ਦਾ ਪੰਜਾਬ ਬੋਲ ਦਾ ਲੋਕਾਂ ਦੇ ਲਈ ਪ੍ਰਸ਼ਾਸਨ ਦੇ ਲਈ ਸਰਕਾਰ ਦੇ ਲਈ ਛੱਡ ਕੇ ਚੱਲਿਆ ਸੋ ਅੱਜ ਦੇ ਪੰਜਾਬ ਬੋਲ ਦਾ ਦੇ ਵਿੱਚ ਬਸ ਇਹਨਾਂ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦੇਵ ਜੀ ਆ ਗਿਆ ਧੰਨਵਾਦ